ਚਲੋ ਸਤਿ ਸ਼੍ਰੀ ਅਕਾਲ ਜੀ, ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਹਰਸ਼ੀ ਚੋਕਲੇਟ ਸਿਰਪ ਵਰਗਾ ਸਿਰਪ, ਆਪਾਂ ਘਰੇ ਬਣਾਵਾਂਗੇ। ਇਹ ਜਿਹੜਾ ਹੈਗਾ ਇਹ ਚੋਕਲੇਟ ਸਿਰਪ, ਜਿਵੇਂ ਕਈ ਤਰ੍ਹਾਂ ਦੇ ਕੇਕਾਂ ਦੇ ਉੱਤੇ, ਕਈ ਤਰ੍ਹਾਂ ਦੀ ਪੁਡਿੰਗ 'ਤੇ, ਆਈਸਕ੍ਰੀਮ 'ਤੇ, ਜਾਂ ਕਿ ਕਹਿ ਲਓ ਪੈਨ ਕੇਕ 'ਤੇ ਵੀ, ਕਾਫੀ ਸਾਰੀਆਂ ਚੀਜ਼ਾਂ ਦੇ ਉੱਤੇ ਇਹ ਦੀ ਵਰਤੋਂ ਹੁੰਦੀ ਹੈ। ਜਿੱਥੇ ਵੀ ਆਪਾਂ ਉਸ ਚੀਜ਼ ਦੀ ਵਰਤੋਂ ਕਰਨੀ ਹੈ ਉੱਥੇ ਇਹ ਬਣਾਉਣ ਵਾਲਾ ਆਪਾਂ ਬਣਾ ਰਹੇ ਹਾਂ ਅੱਜ ਹਰਸ਼ੀ ਵਰਗਾ ਚੋਕਲੇਟ ਸਿਰਪ ਹੋਮਮੇਡ। ਇਹਦੇ ਵਿੱਚ ਜਿਹੜੇ ਪੈਨ ਵਾਲੇ ਇਨਗਰੀਡੀਅੰਟ ਹੈ, ਮੈਂ ਇੱਕ ਕੱਪ ਲਿਆ ਜਿਹੜਾ ਇਹ ਮਿਲਕ ਦਾ ਲਿਆ। ਇਹ ਜਿਹੜਾ ਮਿਲਕ ਆਪਣੇ ਕੋਲ ਰੂਮ ਟੈਂਪਰੇਚਰ 'ਤੇ ਹੈ। ਇਹ ਵੈਸੇ ਮਈਅਰ ਦੇ ਹਿਸਾਬ ਨਾਲ, ਨਾਪ ਦੇ ਹਿਸਾਬ ਨਾਲ ਲਿਆ ਹੋਵੇ ਤਾਂ 150 ਮਿਲੀਲੀਟਰ, ਔਰ ਇਹ ਹੈ ਆਪਣੇ ਕੋਲ 1 ਚਮਚ ਮੈਦਾ, ਔਰ 3 ਚਮਚ ਹੈ ਜਿਹੜਾ ਉਹ ਮੈਂ ਲਿਆ ਹੈ ਕੋਕੋ ਪਾਊਡਰ। ਕੋਕੋ ਪਾਊਡਰ ਹੈ ਜਿਹੜਾ ਆਮ ਹੀ ਆਪਾਂ ਨੂੰ ਹੁਣ ਸੁਪਰ ਮਾਰਕੀਟ ਦੇ ਵਿੱਚੋਂ ਕਿਸੇ ਵੀ ਕਿਸੇ ਗਰੋਸਰੀ ਸਟੋਰ 'ਚੋਂ ਆਮ ਹੀ ਅਵੇਲੇਬਲ ਹੈ, ਆਪਾਂ ਨੂੰ ਮਿਲ ਜਾਂਦਾ। ਕੋਕੋ ਪਾਊਡਰ ਕਹਿ ਕੇ ਆਪਾਂ ਮੰਗ ਸਕਦੇ। ਉਹਦੇ ਲਏ ਮੈਂ 3 ਚਮਚ, ਔਰ 1/2 ਚਮਚ ਲਿਆ ਮੈਂ ਵਨੀਲਾ ਸੈਂਸ ਦਾ। ਵਨੀਲਾ ਸੈਂਸ ਪਾ ਲਈਏ, ਵਨੀਲਾ ਐਕਸਟ੍ਰੈਕਟਸ ਪਾ ਲਈਏ, ਉਹ ਗੱਲ ਉਹ ਆਪਦੀ ਮਰਜ਼ੀ ਹੁੰਦੀ ਹੈ। ਔਰ ਮੈਂ ਜਿਹੜਾ ਲਿਆ 1.5 ਚਮਚ ਲਿਆ ਮੈਂ ਮੱਖਣ ਦਾ, ਇਹ ਹੈ ਸੋਲਟਡ ਬਟਰ ਹੈ। ਜੇ ਆਪਾਂ ਸੋਲਟਡ ਬਟਰ ਪਾ ਰਹੇ ਹਾਂ ਤਾਂ ਠੀਕ ਹੈ, ਅਗਰ ਸੋਲਟਡ ਬਟਰ ਨਹੀਂ ਪਾ ਰਹੇ ਤਾਂ ਜੇ ਹੋਮਮੇਡ ਬਟਰ ਪਾਵਾਂਗੇ। ਅੱਜ ਮੇਰੇ ਕੋਲ ਹੋਮਮੇਡ ਖਤਮ ਸੀ ਤਾਂ ਮੈਂ ਇਹ ਅੱਜ ਦੂਸਰਾ ਹੀ ਪਾ ਰਹੀ ਹਾਂ ਮਾਰਕੀਟ ਵਾਲਾ। ਤਾਂ ਜੇ ਆਪਾਂ ਘਰ ਦਾ ਪਾਵਾਂਗੇ ਤਾਂ ਫਿਰ ਨਾਲ 1 ਪਿੰਚ ਆਫ ਨਮਕ ਪਾਵਾਂਗੇ ਜਦੋਂ ਆਪਣਾ ਚੋਕਲੇਟ ਬਣ ਜਾਂਦਾ। ਔਰ ਇਹ 5 ਚਮਚ ਲਈ ਹੈ ਮੈਂ ਪਾਊਡਰ ਸ਼ੂਗਰ। ਹੁਣ ਜਿਹੜਾ ਹੈਗਾ ਇਹ ਜਿਹੜਾ ਨਾਪ ਲਿਆ ਮੈਂ ਇਸ ਚਮਚ ਨਾਲ ਲਿਆ, ਇਸ ਚਮਚ ਨਾਲ ਹੀ ਮੈਂ 1 ਚਮਚ ਇਹ ਲਿਆ ਮੈਦਾ, ਇਸ ਚਮਚ ਨਾਲ ਹੀ 3 ਚਮਚ ਮੈਂ ਇਹ ਲਏ ਹੈ ਕੋਕੋ ਪਾਊਡਰ ਦੇ, 1/2 ਚਮਚ ਵਨੀਲਾ ਸੈਂਸ, ਔਰ 1.5 ਚਮਚ ਲਿਆ ਮੈਂ ਮੱਖਣ ਦਾ, ਔਰ 5 ਚਮਚ ਮੈਂ ਲਏ ਹੈ ਪਾਊਡਰ ਸ਼ੂਗਰ ਦੇ। ਹੁਣ ਜਿਹੜੇ ਆਪਣੇ ਹੈਗੇ ਸਭ ਤੋਂ ਪਹਿਲਾਂ ਸੁੱਕੇ ਇਨਗਰੀਡੀਐਂਟ ਹੈ, ਉਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ। ਇਕਸਾਰ ਇੱਕ ਜਾਂ ਕਰਕੇ ਆਪਾਂ ਗੈਸ ਚਲਾ ਕੇ ਬਰਤਨ ਰੱਖ ਲਵਾਂਗੇ। ਔਰ ਇਹਦੇ ਵਿੱਚ ਜਿਹੜਾ ਆਪਾਂ 150 ml ਆਪਣੇ ਕੋਲ ਮਿਲਕ ਹੈ ਉਹ ਆਪਾਂ ਪਾ ਦੇਵਾਂਗੇ। ਇਹ ਆਪਾਂ ਗਰਮ ਖਾਉਣ ਲਈ ਰੱਖ ਦਿੱਤਾ, ਜਦੋਂ ਗਰਮ ਹੋਊਗਾ ਉਸ ਤੋਂ ਬਾਅਦ ਆਪਾਂ ਬਟਰ ਪਾਵਾਂਗੇ। ਹੁਣ ਜਿਹੜਾ ਆਪਣਾ ਹੈਗਾ ਦੁੱਧ ਗਰਮ ਹੋ ਚੁੱਕਿਆ, ਹੁਣ ਇਹਦੇ ਵਿੱਚ ਆਪਾਂ ਜਿਹੜਾ ਬਟਰ ਪਾ ਦਾਂਗੇ। ਬਟਰ ਪਾ ਕੇ ਵਿੱਚ ਹਿਲਾ ਦਾਂਗੇ ਇਹਨੂੰ ਮਿਕਸਰ ਨਾਲ, ਜਾਂ ਵੀ ਇਹਦੇ ਨਾਲ ਵੀ ਜਿਹੜਾ ਜਲਦੀ ਵਿੱਚ ਮੈਲਟ ਹੋ ਜਾਵੇ। ਹੁਣ ਜਿਹੜਾ ਹੈਗਾ ਆਪਣਾ ਇਹ ਮੈਲਟ ਹੋ ਚੁੱਕਿਆ ਵਿੱਚ ਬਟਰ, ਹੁਣ ਆਪਾਂ ਇਹਦੇ ਵਿੱਚ ਸੁੱਕੇ ਇਨਗਰੀਡੀਐਂਟ ਪਾਵਾਂਗੇ ਨਾਲ ਦੀ ਨਾਲ। ਵਿਸਕਰ ਨਾਲ ਆਪਾਂ ਇਹਨੂੰ ਸਟਰ ਕਰਦੇ ਰਵਾਂਗੇ ਵੀ ਕੋਈ ਵਿੱਚ ਗੁਠਲੀ ਨਾ ਬਚ ਜਾਵੇ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਸਟਰ ਕਰਦੇ ਰਵਾਂਗੇ। ਜਦੋਂ ਪੂਰੀ ਤਰ੍ਹਾਂ ਆਪਣਾ ਜਿਹੜਾ ਸੀਰਪ ਹੈ ਇਹ ਉਬਲ ਜੂਗਾ, ਮਤਲਬ ਉਬਾਲਾ ਆ ਜੂਗਾ, ਆਪਾਂ ਵੇਖ ਲਾਂਗੇ। ਕੰਸਿਸਟੈਂਸੀ ਵੀ ਵਧੀਆ ਹੋਵੇ, ਪੋਰਿੰਗ ਤਾਂ ਹੋਵੇ ਪਰ ਇੰਨੀ ਪਤਲੀ ਨਾ ਹੋਵੇ। ਆਪਾਂ ਹੋਰ ਥੋੜਾ ਜਿਹਾ ਇਹਨੂੰ ਹਜੇ ਹੋਰ ਥਿੱਕ ਕਰਾਂਗੇ। ਲਓ ਜੀ, ਹੁਣ ਆਪਣਾ ਜਿਹੜਾ ਇਹਨੂੰ ਪੂਰੀ ਤਰ੍ਹਾਂ ਉਬਾਲ ਆ ਚੁੱਕਿਆ ਆਪਣੇ ਸਿਰਪ ਨੂੰ, ਔਰ ਇਸ ਕੰਸਿਸਟੈਂਸੀ ਤੱਕ ਹੋ ਗਿਆ।
ਜਦੋਂ ਇਹ ਹਜੇ ਜਦੋਂ ਰੂਮ ਟੈਂਪਰੇਚਰ 'ਤੇ ਆਊਗਾ ਇਸ ਤੋਂ ਵੀ ਜ਼ਿਆਦਾ ਥੋੜ੍ਹਾ ਜਿਹਾ ਥਿੱਕ ਹੋ ਜਾਊਗਾ ਤਾਂ ਹੁਣ ਇਹਨੂੰ ਆਪਾਂ ਗੈਸ ਨੂੰ ਕਰਾਂਗੇ ਬੰਦ ਔਰ ਜੇ ਜਿਹੜਾ ਆਪਣੇ ਕੋਲ ਅੱਧਾ ਚਮਚ ਵਨੀਲਾ ਸੈਂਸ ਸੀ ਹੁਣ ਆਪਾਂ ਉਹ ਵਿੱਚ ਮਿਕਸ ਕਰਾਂਗੇ ਵਨੀਲਾ ਸੈਂਸ ਪਾਉਂਦੇ ਹੀ ਜਿਹੜੀ ਸਮੈਲ ਹੈ ਉਹ ਚੀਜ਼ ਦੀ ਦੁੱਗਣੀ ਹੋ ਜਾਂਦੀ ਹੈ ਬਹੁਤ ਅੱਛਾ ਫਲੇਵਰ ਆਉਣ ਲੱਗ ਗਿਆ ਹੁਣ ਆਪਾਂ ਇਹਨੂੰ ਗੈਸ ਤੋਂ ਲਵਾਂਗੇ ਉਤਾਰ ਕੇ ਜਦੋਂ ਇਹ ਆਪਣਾ ਬਿਲਕੁਲ ਰੂਮ ਟੈਂਪਰੇਚਰ 'ਤੇ ਆ ਜਾਊ ਠੰਡਾ ਹੋ ਜਾਊਗਾ ਫਿਰ ਆਪਾਂ ਇਹਨੂੰ ਕੱਢ ਕੇ ਤਾਂ ਕਿਸੇ ਏਅਰ ਟਾਈਟ ਬੋਟਲ 'ਚ ਪਾ ਲਾਂਗੇ ਤਾਂ ਜਦੋਂ ਵੀ ਆਪਦਾ ਕੋਈ ਭਾਵੇਂ ਆਈਸਕ੍ਰੀਮ ਹੈ ਕੋਈ ਪੁਡਿੰਗ ਹੈ ਕੋਈ ਵੀ ਕੇਕ ਹੈ ਜਾਂ ਕਿ ਕੋਈ ਪੈਨ ਕੇਕ ਹੈ ਉਹਦੇ ਉੱਤੇ ਜਿਹੜਾ ਪਾਇਆ ਜਾਂਦਾ ਔਰ ਹੁਮਾ ਬਹੁਤ ਅੱਛਾ ਆ ਰਿਹਾ ਜਿਹੜੀ ਹੈਗੀ ਆ ਇਹ ਆਪਣੀ ਬਣ ਚੁੱਕੀ ਆ ਵਧੀਆ ਹੁਣ ਮਤਲਬ ਕਾਫੀ ਹੱਦ ਤੱਕ ਆਪਣੀ ਜਿਹੜੀ ਇਹਦਾ ਟੈਂਪਰੇਚਰ ਡਾਊਨ ਹੋ ਗਿਆ ਹੁਣ ਆਪਾਂ ਇਹਨੂੰ ਕੱਢ ਲੈਂਦੇ ਹਾਂ ਬੋਰਿੰਗ ਕੰਸਿਸਟੈਂਸੀ ਬਹੁਤ ਵਧੀਆ ਹੈ ਲਓ ਜੀ ਚੋਕਲੇਟ ਸਿਰਪ ਹੈ ਜਿਹੜਾ ਬਣ ਕੇ ਆਪਣੇ ਕੋਲ ਤਿਆਰ ਹੈ ਇਹ ਬਿਲਕੁਲ ਹਰਸ਼ੀ ਚੋਕਲੇਟ ਸਿਰਪ ਦੀ ਕੰਸਿਸਟੈਂਸੀ ਹੈ ਉਹੀ ਟੇਸਟ ਹੈ ਉਹੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੀ ਇਹ ਬਿਨਾਂ ਕੈਮੀਕਲ ਤੋਂ ਆਪਦੀ ਹੱਥ ਦੀ ਤਿਆਰ ਕੀਤੀ ਹੋਈ ਹੈ ਫਰੈਸ਼ ਹੈ ਵਧੀਆ ਤਾਂ ਜਦੋਂ ਵੀ ਤੁਸੀਂ ਹੁਣ ਘਰ ਬੱਚਿਆਂ ਨੂੰ ਆਪਾਂ ਕੋਈ ਵੀ ਕੇਕ ਬਣਾਉਂਦੇ ਹਾਂ ਕੋਈ ਆਪਾਂ ਉਹਨਾਂ ਨੂੰ ਆਈਸਕ੍ਰੀਮ ਦਿੰਦੇ ਹਾਂ ਜਾਂ ਵੀ ਚੋਕਲੇਟ ਸਿਰਪ ਨਾਲ ਉਹਨਾਂ ਨੂੰ ਗਾਰਨਿਸ਼ ਕਰਕੇ ਦੇ ਸਕਦੇ ਹਾਂ ਮੇਰੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਔਰ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਕਿਉਂਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚ